ਸਰਦਾਰ ਸੁਖਬੀਰ ਸਿੰਘ ਬਾਦਲ ਜੇ ਕਿ ਤਕਰੀਬਨ 11:15 ਵਜੇ ਯਾਤਰਾ ਸ਼ੁਰੂ ਹੋ ਜੂਗੀ ਬੁੱਟਰ ਤੋਂ ਅਤੇ ਅਸੀਂ ਅੱਜ ਪੱਤੋ ਹੀਰਾ ਸਿੰਘ ਤੋਂ ਹੁਣ ਤੁਹਾਨੂੰ ਦੇਖ ਰਹੇ ਹਾਂ ਵੱਡੇ ਕਾਫਲੇ ਦੇ ਨਾਲ ਸਮੂਲਿਤ ਕਰਨ ਜਾ ਰਹੇ ਹਾਂ ਪਿੰਡ ਪੱਤੋ ਹੀਰਾ ਸਿੰਘ ਤੋਂ ਅਤੇ ਤੁਸੀਂ ਦੇਖ ਰਹੇ ਹਾਂ ਵੀ ਪਿਛਲੇ ਵੀ ਕਿੰਨੇ ਹਲਕਿਆਂ ਦੇ ਵਿੱਚ ਯਾਤਰਾ ਨਿਕਲੀਆਂ ਜਿਵੇਂ ਕਿ ਮੁਕਤਸਰ ਦੇ ਜ਼ਿਲ੍ਹੇ ਦੇ ਵਿੱਚ ਵੀ ਗਿੱਦੜਬਾਹਾ ਮੁਕਤਸਰ ਅਤੇ ਇੰਨਾ ਜ਼ਿਆਦਾ ਉਤਸ਼ਾਹ ਅਤੇ ਬਹੁਤ ਜ਼ਿਆਦਾ ਇਕੱਠ ਆ ਕਿਉਂਕਿ ਲੋਕ 2 ਸਾਲ ਦੀ ਸਰਕਾਰ ਦੀ ਜਿਹੜੀ ਕਿ ਸਮਾਂ ਲਗਾਇਆ ਉਹਦੇ ਵਿੱਚ ਇੰਨੇ ਕਿ ਇਹਨਾਂ ਨੇ ਮਤਲਬ ਪੰਜਾਬ ਦਾ ਬੁਰਾ ਹਾਲ ਕਰਤਾ, ਲੋਕ ਅੱਕੇ ਪਏ ਆ ਅਤੇ ਸੁਖਬੀਰ ਸਿੰਘ ਬਾਦਲ ਨੂੰ ਆਉਣ ਵਾਲਾ 27 ਦਾ CM ਵੇਖਣ ਲਈ ਉਤਾਵਲੇ ਆ ਅਤੇ ਲੋਕ ਸਭਾ ਦੇ ਵਿੱਚ ਮੈਂ ਦਾਅਵੇ ਨਾਲ ਕਹਿ ਸਕਦਾ ਸ਼੍ਰੋਮਣੀ ਅਕਾਲੀ ਦਲ ਵੱਡੀ ਜਿੱਤ ਪ੍ਰਾਪਤ ਕਰੂਗਾ ਕਿਉਂਕਿ ਜੋ ਝੂਠੇ ਵਾਅਦੇ ਆਮ ਆਦਮੀ ਪਾਰਟੀ ਨੇ ਪਹਿਲਾਂ ਕਾਂਗਰਸ ਦੇ ਕੈਪਟਨ ਨੇ ਕਰਜ਼ਾ ਮਾਫੀ ਦੇ ਲਾਰੇ ਲਾ ਕੇ ਲੋਕਾਂ ਨੂੰ ਇੰਨਾ ਗੁੰਮਰਾਹ ਕੀਤਾ, ਇੱਕ ਸ਼੍ਰੋਮਣੀ ਅਕਾਲੀ ਦਲ ਹੀ ਜੋ ਕਹਿੰਦੀ ਆ ਉਹ ਇਤਿਹਾਸ ਦੇ ਵਿੱਚ ਗਵਾਹ ਹੈ, ਜੋ ਕਿਹਾ ਉਹ ਕੀਤਾ ਕਿ ਕਰਕੇ ਦਿਖਾਇਆ, ਉਹ ਸਰਦਾਰ ਬਾਦਲ ਪਰਿਵਾਰ ਦੇ ਹਿੱਸੇ ਆ। ਸਰਦਾਰ ਸੁਖਬੀਰ ਸਿੰਘ ਬਾਦਲ ਜੇ ਕਿ ਤਕਰੀਬਨ 11:15 ਵਜੇ ਯਾਤਰਾ ਸ਼ੁਰੂ ਹੋ ਜੂਗੀ ਬੁੱਟਰ ਤੋਂ ਅਤੇ ਅਸੀਂ ਅੱਜ ਪੱਤੋ ਹੀਰਾ ਸਿੰਘ ਤੋਂ ਹੁਣ ਤੁਹਾਨੂੰ ਦੇਖ ਰਹੇ ਹਾਂ ਵੱਡੇ ਕਾਫਲੇ ਦੇ ਨਾਲ ਸਮੂਲਿਤ ਕਰਨ ਜਾ ਰਹੇ ਹਾਂ ਪਿੰਡ ਪੱਤੋ ਹੀਰਾ ਸਿੰਘ ਤੋਂ ਅਤੇ ਤੁਸੀਂ ਦੇਖ ਰਹੇ ਹਾਂ ਵੀ ਪਿਛਲੇ ਵੀ ਕਿੰਨੇ ਹਲਕਿਆਂ ਦੇ ਵਿੱਚ ਯਾਤਰਾ ਨਿਕਲੀਆਂ ਜਿਵੇਂ ਕਿ ਮੁਕਤਸਰ ਦੇ ਜ਼ਿਲ੍ਹੇ ਦੇ ਵਿੱਚ ਵੀ ਗਿੱਦੜਬਾਹਾ ਮੁਕਤਸਰ ਅਤੇ ਇੰਨਾ ਜ਼ਿਆਦਾ ਉਤਸ਼ਾਹ ਅਤੇ ਬਹੁਤ ਜ਼ਿਆਦਾ ਇਕੱਠ ਆ ਕਿਉਂਕਿ ਲੋਕ 2 ਸਾਲ ਦੀ ਸਰਕਾਰ ਦੀ ਜਿਹੜੀ ਕਿ ਸਮਾਂ ਲਗਾਇਆ ਉਹਦੇ ਵਿੱਚ ਇੰਨੇ ਕਿ ਇਹਨਾਂ ਨੇ ਮਤਲਬ ਪੰਜਾਬ ਦਾ ਬੁਰਾ ਹਾਲ ਕਰਤਾ, ਲੋਕ ਅੱਕੇ ਪਏ ਆ ਅਤੇ ਸੁਖਬੀਰ ਸਿੰਘ ਬਾਦਲ ਨੂੰ ਆਉਣ ਵਾਲਾ 27 ਦਾ CM ਵੇਖਣ ਲਈ ਉਤਾਵਲੇ ਆ ਅਤੇ ਲੋਕ ਸਭਾ ਦੇ ਵਿੱਚ ਮੈਂ ਦਾਅਵੇ ਨਾਲ ਕਹਿ ਸਕਦਾ ਸ਼੍ਰੋਮਣੀ ਅਕਾਲੀ ਦਲ ਵੱਡੀ ਜਿੱਤ ਪ੍ਰਾਪਤ ਕਰੂਗਾ ਕਿਉਂਕਿ ਜੋ ਝੂਠੇ ਵਾਅਦੇ ਆਮ ਆਦਮੀ ਪਾਰਟੀ ਨੇ ਪਹਿਲਾਂ ਕਾਂਗਰਸ ਦੇ ਕੈਪਟਨ ਨੇ ਕਰਜ਼ਾ ਮਾਫੀ ਦੇ ਲਾਰੇ ਲਾ ਕੇ ਲੋਕਾਂ ਨੂੰ ਇੰਨਾ ਗੁੰਮਰਾਹ ਕੀਤਾ, ਇੱਕ ਸ਼੍ਰੋਮਣੀ ਅਕਾਲੀ ਦਲ ਹੀ ਜੋ ਕਹਿੰਦੀ ਆ ਉਹ ਇਤਿਹਾਸ ਦੇ ਵਿੱਚ ਗਵਾਹ ਹੈ, ਜੋ ਕਿਹਾ ਉਹ ਕੀਤਾ ਕਿ ਕਰਕੇ ਦਿਖਾਇਆ, ਉਹ ਸਰਦਾਰ ਬਾਦਲ ਪਰਿਵਾਰ ਦੇ ਹਿੱਸੇ ਆ। ਸਰਦਾਰ ਸੁਖਬੀਰ ਸਿੰਘ ਬਾਦਲ ਜੇ ਕਿ ਤਕਰੀਬਨ 11:15 ਵਜੇ ਯਾਤਰਾ ਸ਼ੁਰੂ ਹੋ ਜੂਗੀ ਬੁੱਟਰ ਤੋਂ ਅਤੇ ਅਸੀਂ ਅੱਜ ਪੱਤੋ ਹੀਰਾ ਸਿੰਘ ਤੋਂ ਹੁਣ ਤੁਹਾਨੂੰ ਦੇਖ ਰਹੇ ਹਾਂ ਵੱਡੇ ਕਾਫਲੇ ਦੇ ਨਾਲ ਸਮੂਲਿਤ ਕਰਨ ਜਾ ਰਹੇ ਹਾਂ ਪਿੰਡ ਪੱਤੋ ਹੀਰਾ ਸਿੰਘ ਤੋਂ ਅਤੇ ਤੁਸੀਂ ਦੇਖ ਰਹੇ ਹਾਂ ਵੀ ਪਿਛਲੇ ਵੀ ਕਿੰਨੇ ਹਲਕਿਆਂ ਦੇ ਵਿੱਚ ਯਾਤਰਾ ਨਿਕਲੀਆਂ ਜਿਵੇਂ ਕਿ ਮੁਕਤਸਰ ਦੇ ਜ਼ਿਲ੍ਹੇ ਦੇ ਵਿੱਚ ਵੀ ਗਿੱਦੜਬਾਹਾ ਮੁਕਤਸਰ ਅਤੇ ਇੰਨਾ ਜ਼ਿਆਦਾ ਉਤਸ਼ਾਹ ਅਤੇ ਬਹੁਤ ਜ਼ਿਆਦਾ ਇਕੱਠ ਆ ਕਿਉਂਕਿ ਲੋਕ 2 ਸਾਲ ਦੀ ਸਰਕਾਰ ਦੀ ਜਿਹੜੀ ਕਿ ਸਮਾਂ ਲਗਾਇਆ ਉਹਦੇ ਵਿੱਚ ਇੰਨੇ ਕਿ ਇਹਨਾਂ ਨੇ ਮਤਲਬ ਪੰਜਾਬ ਦਾ ਬੁਰਾ ਹਾਲ ਕਰਤਾ, ਲੋਕ ਅੱਕੇ ਪਏ ਆ ਅਤੇ ਸੁਖਬੀਰ ਸਿੰਘ ਬਾਦਲ ਨੂੰ ਆਉਣ ਵਾਲਾ 27 ਦਾ CM ਵੇਖਣ ਲਈ ਉਤਾਵਲੇ ਆ ਅਤੇ ਲੋਕ ਸਭਾ ਦੇ ਵਿੱਚ ਮੈਂ ਦਾਅਵੇ ਨਾਲ ਕਹਿ ਸਕਦਾ ਸ਼੍ਰੋਮਣੀ ਅਕਾਲੀ ਦਲ ਵੱਡੀ ਜਿੱਤ ਪ੍ਰਾਪਤ ਕਰੂਗਾ ਕਿਉਂਕਿ ਜੋ ਝੂਠੇ ਵਾਅਦੇ ਆਮ ਆਦਮੀ ਪਾਰਟੀ ਨੇ ਪਹਿਲਾਂ ਕਾਂਗਰਸ ਦੇ ਕੈਪਟਨ ਨੇ ਕਰਜ਼ਾ ਮਾਫੀ ਦੇ ਲਾਰੇ ਲਾ ਕੇ ਲੋਕਾਂ ਨੂੰ ਇੰਨਾ ਗੁੰਮਰਾਹ ਕੀਤਾ, ਇੱਕ ਸ਼੍ਰੋਮਣੀ ਅਕਾਲੀ ਦਲ ਹੀ ਜੋ ਕਹਿੰਦੀ ਆ ਉਹ ਇਤਿਹਾਸ ਦੇ ਵਿੱਚ ਗਵਾਹ ਹੈ, ਜੋ ਕਿਹਾ ਉਹ ਕੀਤਾ ਕਿ ਕਰਕੇ ਦਿਖਾਇਆ, ਉਹ ਸਰਦਾਰ ਬਾਦਲ ਪਰਿਵਾਰ ਦੇ ਹਿੱਸੇ ਆ।